शहीद उसनूं आख्या जांदा है जिस दे जाण वास्ते सारे रस्ते खुले होण। बिरथा नहीं शहीदां दा खून जांदा जेकर डुल्ले ते जुग पलटा दिंदा है। मोदी नूं बादशाह कहना है, बादशाह नहीं कहना है। मोदी दे हुक्म नहीं कहना, मोदी दा हुक्म है, मोदी दा ऐलान है। ऐसी आ मोदी दे हुक्म नूं सारिआं नूं ही पैरां दे ठोकरां दे नाल मारिआ भी तेरा हुक्म असां इक भी नहीं मनना। जिहड़ियां नील पत्र धन गुरु तेग बहादुर साहिब महाराज जी गढ़ के गए ने, ਉਹ ਕਿਸੇ ਤੋਂ ਨਾ ਪੱਟਿਆ ਗਿਆ ਹੈ ਨਾ ਹੀ ਪੱਟਿਆ ਜਾਣਾ ਹੈ। ਜਿਹੜਾ ਵੀ ਇਹਨੇ ਕੋਈ ਐਲਾਨ ਬਣਾਇਆ ਉਹਦਾ ਬਿਲਕੁਲ ਠੋਕਵਾਂ ਜਵਾਬ ਦੇਣਾ ਹੈ। ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਕੋਟ ਕੋਟ ਨਮਸਕਾਰ ਹੋਵੇ। ਸੋ ਪਿਆਰੋ, ਜੋ ਸ਼ਹੀਦ ਸ਼ਬਦ ਹੈ, ਸ਼ਹੀਦ ਉਸ ਨੂੰ ਆਖਿਆ ਜਾਂਦਾ ਹੈ ਜਿਸ ਦੇ ਜਾਣ ਵਾਸਤੇ ਸਾਰੇ ਰਸਤੇ ਖੁੱਲ੍ਹੇ ਹੋਣ, ਕੋਈ ਪਾਬੰਦੀ ਨਾ ਹੋਵੇ। ਉਹਦੇ ਵਾਸਤੇ ਜੋ ਕੁਝ ਮੰਗੇ, ਖਾਣ ਨੂੰ ਮਿਲੇ, ਪਹਿਨਣ ਨੂੰ ਮਿਲੇ, ਰਾਜ ਭਾਗ ਦਾ ਮਾਲਕ ਬਣਨਾ ਚਾਹੇ ਬਣ ਜਾਏ, ਪਰ ਫਿਰ ਵੀ ਜੇ ਉਹ ਸੂਲਾਂ 'ਤੇ ਆਪਣੀ ਜ਼ਿੰਦਗੀ ਵਾਰ ਜਾਵੇ, ਧਰਮ ਨੂੰ ਆਪਣੇ ਸੁੱਖਾਂ ਨਾਲੋਂ, ਆਪਣੇ ਲਾਲਚਾਂ ਨਾਲੋਂ, ਆਪਣੀ ਵਡਿਆਈ ਨਾਲੋਂ ਪਿਆਰਾ ਜਾਣ ਜਾਵੇ ਧਰਮ ਤੋਂ, ਜਿੰਦ ਬਾਰ ਜੋ ਉਸਨੂੰ ਸ਼ਹੀਦ ਆਖਿਆ ਜਾਂਦਾ ਹੈ। ਬਿਰਥਾ ਨਹੀਂ ਸ਼ਹੀਦਾਂ ਦਾ ਖੂਨ ਜਾਂਦਾ ਜੇਕਰ ਡੁੱਲੇ ਤੇ ਜੁੱਗ ਪਲਟਾ ਦਿੰਦਾ ਹੈ। ਇਹ ਖੂਨ ਵਿਰੋਧੀ ਚਿਣਕ ਬਣ ਕੇ ਸੀਨੇ ਜਜ਼ਬਿਆਂ ਦੇ ਲਾਂਬੂ ਲਾ ਦਿੰਦਾ, ਕਿਤੇ ਚੜ੍ਹੇ ਤੂਫਾਨਾਂ ਨੂੰ ਸ਼ਾਂਤ ਕਰਦਾ, ਕਿਤੇ ਆਪ ਭਚਾਲ ਲਿਆ ਦਿੰਦਾ। ਇਹ ਉਹ ਖੂਨ ਮਨੁੱਖਤਾ ਦੇ ਲਈ ਟੀਕਾ ਜਿੰਦ ਮਰੀਆਂ ਹੋਈਆਂ ਰੂਹਾਂ ਵਿੱਚ ਪਾ ਦਿੰਦਾ। ਜਿਹਦੇ ਕੋ ਕੁਰਬਾਨੀ ਦੀ ਕਣੀ ਹੋਵੇ ਉਹ ਕੌਮ ਗੁਲਾਮ ਨਹੀਂ ਰਹਿ ਸਕਦੀ। ਜ਼ੁਲਮੀ ਰਾਜ ਨੇ ਸਦਾ ਨਹੀਂ ਕਾਇਮ ਰਹਿਣਾ, ਇਹ ਤੋਂ ਵੱਧ ਜ਼ਬਾਨ ਨਹੀਂ ਕਹਿ ਸਕਦੀ। ਡੋਲ ਸਕਦਾ ਤਖਤਾ ਤਰਤ ਵਾਲਾ, ਟਿਕਿਆ ਹੋਇਆ ਹਮਾਲਾ ਵੀ ਹਿੱਲ ਸਕਦਾ। ਕਾਢ ਕੱਢ ਲਈ ਹੁਣ ਤੇ ਸਾਇੰਸਦਾਨਾਂ, ਮਿਲ ਮੋਏ ਬੰਦੇ ਤਾਂ ਹੀ ਦਿਲ ਸਕਦਾ ਹੈ। ਮਾਲੀ ਪਾਲਣਾ ਕਰੇ ਜੇ ਮਨ ਲਾ ਕੇ, ਫਲ ਮੌਸਮੋਂ ਪਹਿਲਾਂ ਵੀ ਮਿਲ ਸਕਦਾ ਹੈ। ਹੋਵੇ ਹੌਸਲਾ ਸ਼ੇਰੇ ਪੰਜਾਬ ਵਰਗ, ਅਟਕ ਜਿਹਾ ਦਰਿਆ ਵੀ ਠਿਲ ਸਕਦਾ ਹੈ। 100 ਸੂਰਜਾਂ ਦੀ ਲਾਲੀ ਤੇ ਬਗੀ ਹੋ ਸੀ, ਕਲਮ ਕਵੀ ਦੀ ਸ਼ੇਰ ਤੇ ਕਹੂ ਤਾਜਾ, ਫਿੱਕਾ ਪੈ ਨਹੀਂ ਸਕਦਾ ਚੁੱਗਾ ਤੋੜੀ, ਪੰਛੀ ਰਹੂ ਸ਼ਹੀਦਾਂ ਦਾ ਲਹੂ ਤਾਜਾ। ਉਹ ਰੱਬ ਦੇ ਪੈਰੇ 195 ਸਿੱਖ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਸ਼ਹੀਦ ਹੋਏ ਨੇ, ਜਿਨ੍ਹਾਂ ਦੀ ਅਗਵਾਈ ਕੀਤੀ ਹੈ ਭਾਈ ਲਛਮਣ ਸਿੰਘ ਜੀ ਧਾਰੋਵਾਲ ਨੇ। ਸੋ ਪਿਆਰੋ, ਜਦੋਂ ਇਹ ਸ਼ਹੀਦ ਹੋ ਗਏ ਸਿੱਖ, ਸਾਰਾ ਜਿਹੜਾ ਸੀ ਹਿੰਦੁਸਤਾਨ ਜਿਹੜਾ ਹੈ ਨਨਕਾਣੇ ਸਾਹਿਬ ਪਹੁੰਚ ਗਿਆ ਹੈ। ਹਕੂਮਤ ਵੀ ਉੱਥੇ ਪਹੁੰਚ ਗਈ ਹੈ। ਹਕੂਮਤ ਨੇ ਆਖਿਆ ਵੀ ਤੁਸੀਂ ਥੋੜ੍ਹਾ ਚਿਰ ਸਬਰ ਕਰੋ। ਜਿੱਥੇ ਤੱਕ ਕਰਤਾਰ ਸਿੰਘ ਝੱਬਰ ਨੇ ਆਖਿਆ ਵੈਸਰਾਇ ਨੂੰ, ਵੈਸਰਾਇ ਸਾਹਿਬ ਐਸੇ ਸਮੇਂ ਨਨਕਾਣੇ ਸਾਹਿਬ ਦੀਆਂ ਚਾਬੀਆਂ ਸਾਨੂੰ ਲਿਆ ਕੇ ਪਕੜਾਓ, ਜੇ ਤੁਸੀਂ ਅਮਨ ਬਹਾਲ ਕਰਨਾ ਚਾਹੁੰਦੇ ਹੋ। ਵੇਖੋ ਗੁਰੂ ਦੇ ਸਿੱਖਾਂ ਦੀ ਜਿਹੜੀ ਵਿਚਾਰਧਾਰਾ ਹੈ, ਉਹ ਵਿਚਾਰਧਾਰਾ ਕਿਹੋ ਜਿਹੀ ਹੈ, ਤੇ ਉਹਦੇ ਨਾਲ ਆਪਾਂ ਪਿਆਰੇ ਜੁੜਨਾ ਹੈ। ਆ ਵੈਸਰਾ ਨੇ ਆਖਿਆ ਵੀ ਅਸੀਂ ਕੋਈ ਬੰਦਾ ਭੇਜਣੇ ਆ, ਤੁਹਾਨੂੰ ਚਾਬੀਆਂ ਲਿਆ ਦਿੰਦਾ ਹੈ। ਕਰਤਾਰ ਸਿੰਘ ਝੱਬਰ ਨੇ ਆਖਿਆ ਵੀ ਭਾਵੇਂ ਤੂੰ ਜਾ ਤੇ ਭਾਵੇਂ ਹੋਰ ਜਾ, ਸਾਨੂੰ ਚਾਬੀਆਂ ਇੱਥੇ ਚਾਹੀਦੀਆਂ। ਉਹ ਅਸਲ ਆ ਜਾਓ, ਤੁਹਾਨੂੰ ਅਸੀਂ ਆਪਣੇ ਮਕਾਨ ਤੋਂ ਚਾਬੀਆਂ ਦੇ ਦਿੰਦੇ ਹਾਂ। ਚਾਬੀਆਂ ਉੱਥੇ ਮੰਗਵਾਈਆਂ, ਕਬਜ਼ਾ ਦਰਬਾਰ ਸਾਹਿਬ ਤੇ ਨਨਕਾਣਾ ਸਾਹਿਬ ਤੇ ਗੁਰੂ ਦੇ ਸਿੱਖਾਂ ਦਾ ਹੋ ਗਿਆ। ਇਹ ਜਿਹੜੀ ਜਿੱਤ ਸੀ ਨਾ ਖਾਲਸੇ ਦੀ, ਸ਼ਹਾਦਤਾਂ ਪ੍ਰਾਪਤ ਕਰਨ ਤੋਂ ਬਾਅਦ ਇਹ ਨਨਕਾਣਾ ਸਾਹਿਬ ਦਾ ਮੋਰਚਾ ਜਿੱਤਿਆ ਗਿਆ ਹੈ। ਇਸ ਜਿੱਤ ਤੋਂ ਬਾਅਦ ਫਿਰ ਪਿਆਰੋ, ਫਿਰ ਇਹ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਇੱਕ ਤਾਰ ਭੇਜੀ ਹੈ। ਆਖਿਆ ਜਥੇਦਾਰ ਜੀ, ਬੜੀ ਖੁਸ਼ੀ ਹੈ, ਬੜੀ ਵਧਾਈ ਵਾਲੀ ਗੱਲ ਹੈ। ਅੱਜ ਜਿਹੜਾ ਭਾਰਤ ਆਜ਼ਾਦ ਹੋਣ ਵਾਲਾ ਜਿਹੜਾ ਪਹਿਲਾ ਜੰਗ ਹੈ ਨਾ, ਪਹਿਲੀ ਲੜਾਈ ਹੈ,
ਉਹ ਜਿੱਤੀ ਗਈ ਹੈ। ਇਸ ਸਿੱਖਾਂ ਨੂੰ ਆਪਣੇ ਵੱਲ ਕਰਨ ਦਾ ਇੱਕ ਫਾਰਮੂਲਾ ਵਰਤਿਆ ਸੀ, ਇੱਕ ਤਰੀਕਾ ਵਰਤਿਆ ਸੀ ਵੀ ਸਿੱਖ ਵਡਿਆਈ ਦੀ ਇਹ ਭਾਵ ਦੇ ਵਿੱਚ ਆ ਕੇ ਸਾਡੇ ਨਾਲ ਜੁੜ ਜਾਣਗੇ ਤੇ ਫਿਰ ਇਹਨਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਜਾਏਗਾ। ਇਹ ਸੀ ਨਨਕਾਣੇ ਸਾਹਿਬ ਦਾ ਸਾਕਾ। ਇਹ ਦਿੱਲੀ ਦੀ ਧਰਤੀ 'ਤੇ ਧੰਨ ਗੁਰੂ ਦੇ ਪਿਆਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ 10 ਨਵੰਬਰ 1675 ਨੂੰ ਪਹੁੰਚ ਜਾਂਦੇ ਨੇ ਚਾਂਦਨੀ ਚੌਂਕ ਦੇ ਵਿੱਚ। ਬਾਦਸ਼ਾਹ ਸਲਾਮਤ ਹਾਜ਼ਰ ਹੋਇਆ ਹੈ, ਗੁਰੂ ਮਹਾਰਾਜ ਜੀ ਹਾਜ਼ਰ ਹੋਏ ਨੇ। ਪੁੱਛਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ, ਬਾਦਸ਼ਾਹ ਸਲਾਮਤ ਸਾਨੂੰ ਕਿਸ ਕੰਮ ਲਈ ਸੱਦਿਆ ਹੈ? ਪਤਾ ਤੇ ਮੇਰੇ ਮਾਲਕ ਨੂੰ ਸਾਰਾ ਸੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪ ਆਖਿਆ ਸੀ ਕਸ਼ਮੀਰ ਦੇ ਪੰਡਤਾਂ ਨੂੰ ਜਾ ਕੇ, ਬਾਦਸ਼ਾਹ ਸਲਾਮਤ ਨੂੰ ਇਹ ਗੱਲ ਕਹਿ ਦਿਓ ਵੀ ਜੇ ਸਾਡਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੁਸਲਮਾਨ ਬਣ ਜਾਵੇਗਾ ਤੇ ਸਾਰਾ ਜਿਹੜਾ ਭਾਰਤ ਹੈ ਨਾ, ਬਿਨਾਂ ਕਿਸੇ ਹੀਰ ਉੱਜਤ ਤੋਂ ਉਹ ਜਿਹੜਾ ਹੈ ਮੁਸਲਮਾਨ ਬਣ ਜਾਏਗਾ। ਬੜੀ ਖੁਸ਼ੀ ਮਨਾਈ ਵੀ ਚਲੋ ਇੱਕ ਬੰਦੇ ਨੂੰ ਤੇ ਜੋ ਕੁਝ ਵੀ ਦੇਣਾ ਦੇ ਕੇ ਮਨਾ ਲਵਾਂਗੇ। ਪਰ ਜਦੋਂ ਸਟੇਜ ਦੇ ਸਾਹਮਣੇ ਹੋਇਆ ਨਾ ਗੁਰੂ ਜੀ ਦੇ ਨਾਲ, ਆਹ ਜਿਵੇਂ ਸਾਡੇ ਹੁਣ ਕਿਸਾਨ ਯੂਨੀਅਨ ਦੇ ਲੀਡਰਾਂ ਦੇ ਨਾਲ, ਇਹ ਸਾਡਾ ਸਮੇਂ ਦਾ ਮੋਦੀ ਜਿਹੜਾ ਬਾਦਸ਼ਾਹ ਹੈ, ਮੋਦੀ ਨੂੰ ਬਾਦਸ਼ਾਹ ਕਹਿਣਾ ਹੈ, ਪਾਤਸ਼ਾਹ ਨਹੀਂ ਕਹਿਣਾ ਹੈਗਾ। ਮੋਦੀ ਦੇ ਹੁਕਮ ਨਹੀਂ ਕਹਿਣਾ, ਮੋਦੀ ਦਾ ਹੁਕਮ ਹੈ, ਮੋਦੀ ਦਾ ਐਲਾਨ ਹੈ। ਹੁਕਮ ਨਿਰੰਕਾਰ ਦਾ ਹੁੰਦਾ ਹੈ, ਰੱਬ ਦੇ ਪਿਆਰੇ ਦਾ ਹੁੰਦਾ ਹੈ। ਹੁਕਮ ਜਿਹੜਾ ਹੈ ਦੁਨੀਆਂ ਦਾ ਕੋਈ ਬੰਦਾ ਮੋੜ ਨਹੀਂ ਸਕਦਾ। ਦੁਨੀਆਂ ਦੇ ਰਾਜੇ ਮਹਾਰਾਜੇ ਕਿੱਡੇ ਬਲਵਾਨ ਹੋਏ ਨੇ, ਰੁਸਤਮ ਵਰਗੇ, ਸੌਰਾਵ ਵਰਗੇ, ਉਹਨਾਂ ਤੋਂ ਅਕਾਲ ਪੁਰਖ ਦਾ ਹੁਕਮ ਮੋੜਿਆ ਨਹੀਂ ਗਿਆ। ਤੇ ਅਸੀਂ ਆ ਮੋਦੀ ਦੇ ਹੁਕਮ ਨੂੰ ਸਾਰਿਆਂ ਨੂੰ ਹੀ ਪੈਰਾਂ ਦੇ ਠੋਕਰਾਂ ਦੇ ਨਾਲ ਮਾਰਿਆ ਵੀ ਤੇਰਾ ਹੁਕਮ ਅਸਾਂ ਇੱਕ ਵੀ ਨਹੀਂ ਮੰਨਣਾ। ਉਹਦਾ ਹੁਕਮ ਨਹੀਂ ਹੈ, ਉਹਦਾ ਐਲਾਨ ਹੈ। ਇੱਥੇ ਬਾਦਸ਼ਾਹ ਜਿਹੜਾ ਹੈ ਨਾ, ਆਖਣ ਲੱਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤੁਸੀਂ ਸ਼ਹਾਦਤ ਦੇਣ ਵਾਸਤੇ ਤੇ ਆ ਗਏ ਹੋ। ਪਹਿਲਾਂ ਜਿਹੜੀਆਂ ਗੱਲਾਂ ਹੋਈਆਂ ਨੇ ਪਿਆਰੋ, ਸਿਰਫ 2 ਮਿੰਟ ਆਪਾਂ ਨੂੰ ਮਿਲੇ ਨੇ, ਉਹਨਾਂ ਹੀ ਸਮਾਂ ਲਵਾਂਗੇ। ਗੱਲ 2 ਦੇ ਪੁਆਇੰਟ ਦੀ ਕਰਨੀ ਹੈ ਤਾਂ ਕਿ ਸਮਝ ਵਿੱਚ ਆ ਜਾਵੇ ਵੀ ਅਸਲ ਵਿੱਚ ਹੁਣ ਆਪਾਂ ਕਿਸ ਸਟੇਜ ਤੇ ਪਹੁੰਚ ਗਏ ਹਾਂ, ਅੱਗੇ ਆਪਾਂ ਕਿਹੜੇ ਰਸਤੇ ਵੱਲ ਤੁਰਨਾ ਹੈ। ਤੇ ਰੱਬ ਦੇ ਪਿਆਰੇ ਜੀ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਦੋਂ ਇਹ ਗੱਲ ਚੱਲੀ ਨਾ, ਉਹਨਾਂ ਨੇ ਆਖਿਆ ਵੀ ਮੈਂ ਚਾਹੁੰਦਾ ਵਾ ਸਾਰਾ ਸੰਸਾਰ ਭਾਰਤ ਜਿਹੜਾ ਹੈ ਮੁਸਲਮਾਨ ਹੋ ਜਾਵੇ। ਗੁਰੂ ਜੀ ਨੇ ਆਖਿਆ ਬਾਦਸ਼ਾਹ ਸਲਾਮਤ ਜੇ ਇਹ ਕੰਮ ਕਰਨਾ ਹੁੰਦਾ, ਨਿਰੰਕਾਰ ਨੇ ਅੱਲਾਹ ਤਾਲਾ ਪਾਕ ਜਿਹੜਾ ਤੇਰਾ ਰਹਿਬਰ ਹੈ ਤਾਂ ਸਾਰੇ ਦੀਆਂ, ਇਸ ਕਰਕੇ ਇਹ ਜਿਹੜਾ ਤੁਹਾਡਾ ਇਹ ਕੰਮ ਹੈ ਨਾ, ਇਹ ਕੁਦਰਤ ਦੇ ਖਿਲਾਫ ਹੈ। ਇਹ ਸਾਰੇ ਧਰਮ ਜਿਹੜੇ ਨੇ ਸਤਿਕਾਰ ਯੋਗ ਨੇ, ਇਸ ਕਰਕੇ ਇਹ ਧਰਮ ਤਬਦੀਲ ਕਰਨਾ ਜਿਹੜਾ ਹੈ ਨਾ, ਇਹ ਬਿਲਕੁਲ ਬੇਇਨਸਾਫੀ ਹੈ। ਜਿਵੇਂ ਹੁਣ ਮੋਦੀ ਸਾਹਿਬ ਨੇ ਆਖਿਆ ਹੈ ਵੀ ਹਿੰਦੂ ਰਾਸ਼ਟਰ ਬਣਾਉਣਾ ਹੈ, ਇੱਥੇ ਹਿੰਦੂ ਵੀ ਰਹਿੰਦੇ ਨੇ, ਮੁਸਲਮਾਨ ਵੀ ਰਹਿੰਦੇ ਨੇ, ਸਿੱਖ ਵੀ ਰਹਿੰਦੇ ਨੇ। ਇਸ ਕਰਕੇ ਜਿਹੜੀਆਂ ਨੀਲ ਪੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੱਡ ਕੇ ਗਏ ਨੇ, ਉਹ ਕਿਸੇ ਤੋਂ ਨਾ ਪੱਟਿਆ ਗਿਆ ਹੈ ਨਾ ਹੀ ਪੱਟਿਆ ਜਾਣਾ ਹੈ। ਗੁਰੂ ਮਹਾਰਾਜ ਜੀ ਸ਼ਹੀਦ ਹੋ ਗਏ ਨੇ, ਪਹਿਲੀ ਸ਼ਰਤ ਜਿਹੜੀ ਲਾਈ ਸੀ ਤੁਸੀਂ ਮੁਸਲਮਾਨ ਬਣ ਜਾਓ, ਗੁਰੂ ਜੀ ਨੇ ਆਖਿਆ ਨਾ ਅਸੀਂ ਮੁਸਲਮਾਨ ਨਹੀਂ ਬਣਨਾ। ਦੂਸਰੀ ਕਮਿਸ਼ਨ ਲਾਈ ਸੀ ਤੁਸੀਂ ਕੋਈ ਕਰਾਮਾਤ ਵਿਖਾ ਦਿਓ, ਗੁਰੂ ਜੀ ਨੇ ਆਖਿਆ ਵੀ ਕਰਾਮਾਤ ਵਿਖਾਉਣੀ ਗੁਰੂ ਦੇ ਪਿਆਰੇ ਰੱਬ ਦੇ ਪਿਆਰੇ ਦਾ ਕੰਮ ਨਹੀਂ ਹੈ, ਕਹਿਰ ਵਰਤਾਉਣਾ ਹੈ, ਕਹਿਰ ਅਸੀਂ ਵਰਤਾ ਨਹੀਂ ਸਕਦੇ। ਤੀਜੀ ਜਿਹੜੀ ਕੰਡੀਸ਼ਨ ਸੀ ਆਪਣੇ ਧਰਮ ਤੋਂ ਨਿਸ਼ਾਵਰ ਹੋਣ ਵਾਸਤੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਣਾ ਜਿਹੜਾ ਹੈ ਬਲੀਦਾਨ ਦਿੱਤਾ ਹੈ। ਸੋ ਪਿਆਰੋ, ਇਹ ਜਿਹੜੇ ਸਾਰੇ ਇਤਿਹਾਸ ਨੇ ਸਾਡੇ ਜੀਵਨ ਦਾ ਸਰੋਤ ਨੇ, ਸਾਰੇ ਧਰਮ ਬਿਲਕੁਲ ਬਰਾਬਰ ਨੇ। ਆਪਾਂ ਹੁਣ ਜਿਹੜਾ ਸਮੇਂ ਦਾ ਬਾਦਸ਼ਾਹ ਹੈ, ਇਹਦੀ ਜਿਹੜਾ ਵੀ ਇਹਨੇ ਕੋਈ ਐਲਾਨ ਬਣਾਇਆ ਉਹਦਾ ਬਿਲਕੁਲ ਠੋਕਵਾਂ ਜਵਾਬ ਦੇਣਾ ਹੈ। ਗੁਰੂਆਂ ਦੇ ਰਸਤੇ ਤੇ ਚੱਲ ਕੇ ਆਪਾਂ ਮਾਰਗ ਰਛਣਾਉਣਾ ਹੈ। ਆਪਾਂ ਜਿਹੜਾ ਇਤਿਹਾਸ ਸਰਵਣ ਕਰਨੇ ਆ, ਹੁਣ ਆਪਣੇ ਜਿਹੜੇ ਪ੍ਰਚਾਰਕ ਨੇ ਸਾਡੇ ਲੀਡਰ ਸਾਹਿਬਾਨ, ਉਹਨਾਂ ਦੀਆਂ ਦੱਸੀਆਂ ਹੋਈਆਂ ਗੱਲਾਂ ਤੇ ਉਹਨਾਂ 'ਤੇ ਆਪਾਂ ਅਮਲ ਕਰਕੇ ਆਪਾਂ ਅੱਗੇ ਜਾ ਰਸਤਾ ਗਿਆ ਉਸ ਨੂੰ ਤੈਅ ਕਰਨਾ ਹੈ। ਸੋ ਇਸ ਤਰ੍ਹਾਂ ਬਲਾਉਪੁਰਾ ਦੀ ਫਤਿਹ ਗੱਜ ਵੱਜ ਕੇ ਸਾਰੇ ਪ੍ਰੇਮ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਦੋਸਤੋ, ਮਾਈਲਸਟੋਨ ਲੈ ਕੇ ਆ ਰਿਹਾ ਹੈ ਤੁਹਾਡੇ ਲਈ ਕੈਨੇਡਾ ਸਟੱਡੀ ਫੇਅਰ।
जिथे तुसी सीधा मिल सकोगे अपने मनपसंद लोकेशन दे कॉलेज या यूनिवर्सिटी डेलीगेट्स नू इको जगह। जे जाना चाहते हो तुसी भी कैनेडा दे किसी भी प्रोविंस जिमें कि ओंटेरियो, ब्रिटिश कोलंबिया, अल्बर्टा, नोवा स्कॉशिया, क्यूबिक या होर किसी भी प्रोविंस विच पढ़न दा सपना रखते हो तो यह सिक्ख्या मेला थोड़े लिए है। इस मेले में असी स्टूडेंट्स के नाल नाल उन्हां दे पेरेंट्स नू भी बजट प्लान करने बारे पूरी जानकारी देवांगे। असी सारे ही स्टूडेंट्स अते उन्हां दे पेरेंट्स नू इस सिक्ख्या मेले में आउण दा खुला सद्दा दिंदे हां। अपने ओरिजिनल डॉक्यूमेंट्स लैके आना ना भुल्यो। इस दिन लई एंट्री ते कंपनी सर्विस चार्जेस बिल्कुल फ्री रहणगे। सो मिलते हैं जी 3 मार्च दिन बुधवार को होटल रेडिसन BMC चौंक जलंधर।